ਤਪੋਵਨ ਕੁਟੀਆ ਪਿੰਡ ਰਣੀਆ ਜ਼ਿਲ੍ਹਾ ਲੁਧਿਆਣਾ ਵਿਖੇ ਸੰਤ ਸਵਾਮੀ ਲਛਮਣ ਦਾਸ ਜੀ ਅਤੇ ਸੰਤ ਸਵਾਮੀ ਦੀਪਤਾਨੰਦ ਜੀ ਅਵਦੂਤ ਦੀ ਯਾਦ ਵਿੱਚ ਸਲਾਨਾ ਭੰਡਾਰਾ ਅਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਸਵਾਮੀ ਰਮੇਸ਼ਵਰਾਨੰਦ ਜੀ ਦੇਖਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮਾਂ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਵੱਖ ਵੱਖ ਕੀਰਤਨੀ ਜਥਿਆਂ ਅਤੇ ਮਹਾਂਪੁਰਸ਼ਾਂ ਨੇ ਲੰਬਾ ਸਮਾਂ ਸੰਗਤਾਂ ਨੂੰ ਗੁਰੂ ਦੇ ਅਸਰਾਂ ਜੋੜੀ ਰੱਖਿਆ। ਇੱਕ ਸਬਿਨ ਦੂਜਾ ਨਾਈ ਕੋਈ ਚਾਕੀ ਦ੍ਰਿਸ਼ਟ ਸਦਾ ਸੁਖ ਹੋਏ ਚਾਕੀ ਦ੍ਰਿਸ਼ਟ ਸਦਾ ਸੁਖ ਹੋਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸੱਚੇ ਅਨਪੈ ਤੁਸ ਨਾਮ ਬਿਚਰਤੇ ਨਿਣੇ ਸੱਚੇ ਅਨਪੈ ਤੁਸ ਨਾਮ ਬਿਚਰਤੇ ਨਿਣੇ ਇਸ ਸਮੇਂ ਸਵਾਮੀ ਰਾਘਵਾਨੰਦ ਜੀ ਜੀਂਦ ਵਾਲੇ ਸਵਾਮੀ ਮੰਗਲਾਨੰਦ ਜੀ ਸੰਤ ਅਮਰੀਕ ਸਿੰਘ ਸੰਤ ਇੰਦਰਦਾਸ ਸੰਤ ਗੁਰਪਾਲ ਦਾਸ ਸੰਤ ਜਗਤ ਰਾਮ ਜੋਗੀ ਭਾਸਕਰ ਜੀ ਬਾਬਾ ਭੋਲਾ ਸਿੰਘ ਭਗਤ ਸਿੰਘਪੁਰਾ ਬਾਬਾ ਮੱਖਣ ਸਿੰਘ ਜਗਤਪੁਰਾ ਸਵਾਮੀ ਰਾਮਮੁਣੀ ਸੰਦੌੜ ਸਵਾਮੀ ਜਮਨਾਦਾਸ ਜੀ ਸੰਦੌੜ ਸਵਾਮੀ ਆਤਮਾਨੰਦ ਜੀ ਕੁਠਾਲਾ ਸਵਾਮੀ ਅਮਰਤਾਨੰਦ ਜੀ ਕੋਟਿਆ ਜ਼ਰੂਰ ਧਾਮ ਸੰਤ ਹਰਪਾਲ ਸਿੰਘ ਚੋਮੋ ਵੀ ਹਾਜ਼ਰ ਸਨ। ਭੋਗ ਪੈਣ ਉਪਰੰਤ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਪੁਰ ਨਾਲ ਗੱਲਬਾਤ ਕਰਦਿਆਂ ਸਵਾਮੀ ਪਰਮੇਸ਼ਰ ਆਨੰਦ ਜੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਉਹਨਾਂ ਦੇ ਨਾਲ ਭੈਣ ਭੁਪਿੰਦਰ ਕੌਰ ਜੀ, ਸੇਵਾਦਾਰ ਰਵਿੰਦਰ ਸਿੰਘ ਬੱਗਾ, ਗੁਰਮੀਤ ਕੌਰ, ਗੁਰਸੇਵਕ ਸਿੰਘ, ਡਾਕਟਰ ਚਤਵੰਤ ਸਿੰਘ ਪੰਦੇਰ, ਤਨਵੀਰ ਸਿੰਘ ਰਣੀਆ, ਪਰਮਜੀਤ ਸਿੰਘ ਕਬੱਦੀ, ਜਤਿੰਦਰ ਸਿੰਘ ਸਰਪੰਚ ਰਣੀਆ, ਗੁਰਨਾਮ ਸਿੰਘ USA, ਹਰਬੰਸ ਸਿੰਘ ਡੰਗੋਰਾ, ਗੁਰਸੇਵਕ ਸਿੰਘ, ਗੋਬਿੰਦ ਸਿੰਘ, ਜਗਦੇਵ ਸਿੰਘ ਸਾਬਕਾ ਸਰਪੰਚ, ਪ੍ਰਧਾਨ ਭਗਵੰਤ ਸਿੰਘ, ਰਣਜੋਤ ਸਿੰਘ, ਪ੍ਰਧਾਨ ਹਰਪਾਲ ਸਿੰਘ ਚਹਿਲ, ਸੈਕਟਰੀ ਸੁਖਦੇਵ ਸਿੰਘ, ਉਧਮ ਸਿੰਘ, ਨੋਨੀ ਸਿੰਘ, ਡਾਕਟਰ ਗੁਰਦਾਸ ਸਿੰਘ, ਬਲਜੀਤ ਸਿੰਘ, ਗੁਰਮੁਖ ਸਿੰਘ, ਪ੍ਰਦੀਪ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ, ਤਰਸੇਮ ਕੁਮਾਰ ਸਰਪੰਚ, ਜਥੇਦਾਰ ਗੁਰਮੀਤ ਸਿੰਘ, ਸਰਬਜੀਤ ਸਿੰਘ ਲੋਹਾਰਾ, ਤਰਲੋਚਨ ਸਿੰਘ ਡੰਗੋਰਾ ਅਤੇ ਬਰਿੰਦਰ ਸਿੰਘ ਦੇ ਨਾਂ ਜ਼ਿਕਰਯੋਗ ਹਨ। ਅੱਜ ਤਪੋਵਨ ਕੁਟੀਆ ਕੌੜਾ ਸਿੰਘ ਵਾਲਾ ਟੋਬਾ ਪਿੰਡ ਰਣੀਆ ਵਿਖੇ ਸੈਂਤੀਵਾਂ ਮਹਾਨ ਸੰਤ ਸਮਾਗਮ ਧੰਨ ਧੰਨ ਸਵਾਮੀ ਲਛਮਣ ਦਾਸ ਜੀ ਮਹਾਰਾਜ,
ਧੰਨ ਧੰਨ ਅਵਧੂਤ ਸ਼੍ਰੋਮਣੀ ਸਵਾਮੀ ਦੀਪਧਾਨੰਦ ਜੀ ਮਹਾਰਾਜ ਦੀ ਪਾਵਨ ਯਾਦ ਦੇ ਵਿੱਚ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਚਾਰੀਆ ਸ੍ਰੀ ਗੀਸਾ ਸੰਤ ਮਹਾਰਾਜ ਜੀ ਦੇ 13 ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਇੱਕ ਨਾਲ ਹੀ ਹਵਨ ਯੱਗ ਕਰਵਾਇਆ ਗਿਆ। ਭੰਡਾਰੇ ਦੇ ਦੌਰਾਨ ਇੱਕ ਫ੍ਰੀ ਮੈਡੀਕਲ ਕੈਂਪ ਵੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ ਹੈ, ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ ਆਪਣਾ ਲਾਭ ਉਠਾਇਆ ਹੈ। ਸਮੂਹ ਸੰਤਾਂ ਮਹੰਤਾਂ ਦਾ ਅਤੇ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਹੈ। ਇਸ ਜੋ ਵੀ ਸਮਾਗਮ ਹੁੰਦਾ ਹੈ ਉਸਦਾ ਮੁੱਖ ਸਿਹਰਾ ਮੇਰੇ ਸਤਿਕਾਰਯੋਗ ਭੈਣ ਭੁਪਿੰਦਰ ਕੌਰ ਜੀ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਦੇ ਨਾਲ ਉਹ ਦਿਨ ਰਾਤ ਇੱਕ ਕਰਕੇ ਸਾਰੀ ਵਿਵਸਥਾ ਦਾ ਪ੍ਰਬੰਧ ਕਰਦੇ ਹਨ ਅਤੇ ਨਾਲ ਹੀ ਰਵਿੰਦਰ ਸਿੰਘ ਬੱਗਾ ਉਹਨਾਂ ਦਾ ਸਾਥ ਨਿਭਾਉਂਦੇ ਹਨ ਅਤੇ ਉਹ ਵੀ ਦਿਨ ਰਾਤ ਇੱਕ ਕਰਕੇ ਸਾਰੀ ਵਿਵਸਥਾ ਨੂੰ ਸੰਭਾਲਦੇ ਹਨ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸਵਾਮੀ ਪਰਮੇਸ਼ਰ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਕਾਗਜ਼ ਕਰੂੰ ਪਰ ਗੁਰਗੁਣ ਲਿਖਾ ਨਾ